ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕਮ। ਉਮੀਦ ਕਰਨਾ ਤੁਸੀਂ ਭੈਣ ਭਰਾ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਮੇਰਾ ਪਹਿਲਾ ਵਲੌਗ ਹੈ ਅਤੇ ਉਮੀਦ ਕਰਨਾ ਤੁਸੀਂ ਅੱਛਾ ਲੱਗੇ। ਅਤੇ ਆਪਣੇ ਘਰ ਤੋਂ ਹੀ ਸ਼ੁਰੂ ਕਰਨੇ ਆ, ਫਿਰ ਤੁਸੀਂ ਆਪਣੇ ਵਿਲੇਜ ਦੀ ਸੈਰ ਕਰਵਾਉਂਗੇ। ਅਤੇ ਤੁਸੀਂ ਵੇਖ ਸਕਦੇ ਮੇਰੇ ਪਿੱਛੇ ਲੱਗਿਆ ਰਾਤ ਕੀ ਰਾਨੀ ਨਾ ਪੌਦਾ ਲਾਇਆ ਅਸ। ਇਹ ਬਹੁਤ ਹੀ ਖੂਬਸੂਰਤ ਹੈ, ਰਾਤ ਜੈ ਨਾ ਬਹੁਤ ਅੱਛੀ ਹੋਣੀ ਹੈ, ਇਸਦੀ ਖੁਸ਼ਬੂ ਬਹੁਤ ਅੱਛਾ ਜਿਹੜਾ ਹੈ ਬੂਟਾ। ਅਤੇ ਹੋਰ ਵੀ ਤੁਸੀਂ ਚੈੱਕ ਕਰਾਉਣੇ ਆ ਬੂਟੇ ਪੌਦੇ ਜਿਹੜੇ ਅਸੀਂ ਕਰ ਲਾਏ ਨੇ। ਅਤੇ ਇਹ ਤੁਸੀਂ ਦੇਖ ਸਕਦੇ ਹੋ, ਇਹ ਹੈ ਅਮਰੂਦ। ਅਤੇ ਇਹ ਅਲਹਮਦੁਲਿਲਾ ਮਾਸ਼ਾਅੱਲਾ ਬੜੇ ਸੋਹਣੇ ਸੋਹਣੇ ਅਮਰੂਦ ਲੱਗੇ ਨੇ। ਇਹ ਤੱਕ ਸਕਦੇ ਹੋ, ਇਹ ਹੁਣ ਪੱਕਣਗੇ ਤਾਂ ਫਿਰ ਚੈੱਕ ਕਰਾਂਗੇ। ਇਹ ਮਾਸ਼ਾਅੱਲਾ ਦੇਖ ਸਕਦੇ ਹਾਂ ਜੀ, ਕਿਤਨੇ ਜ਼ਿਆਦਾ ਮਾਲਟੇ ਲੱਗੇ ਨੇ। ਇੱਕ ਟਾਹਲੀ ਅਤੇ ਚਾਰ ਮਾਲਟੇ ਲੱਗੇ ਨੇ। ਬਹੁਤ ਅੱਛਾ ਮਾਲਟਾ, ਮਿੱਠਾ ਮਾਲਟਾ ਹੋਣਾ, ਹਰ ਵਾਰ ਸਾਲ ਫਲ ਲੱਗਣਾ ਇਸ ਨਾਲ। ਅਤੇ ਇਹ ਵੀ ਤੁਸੀਂ ਦੇਖ ਸਕਦੇ ਹੋ, ਅਸਾਂ ਪਿਆਰੀ ਜੀ ਅੱਛੀ ਜੀ ਮੱਝ ਰੱਖੀ ਹੈ ਅਤੇ ਇਸਨੇ ਚੋਣੇ ਦਾ ਟਾਈਮ ਹੋ ਗਿਆ। ਅਤੇ ਮਾਸ਼ਾਅੱਲਾ 8 ਕਿਲੋ ਦੁੱਧ ਦੇ ਹੀ ਛੋੜਨੀ ਹੈ। ਅਤੇ ਇਹ ਦਾਣਾ ਪਾਉਣਾ, ਇਹ ਕੱਟਾ ਹੋਇਆ ਨਾਲ ਜੀ, ਇਹ ਵੀ ਬਹੁਤ ਅੱਛਾ ਹੋਇਆ। ਅਤੇ ਤੁਸੀਂ ਮਾਸ਼ਾਅੱਲਾ ਮੇਰੇ ਘਰ ਨਹੀਂ ਸਾਰੀਆਂ ਚੀਜ਼ਾਂ ਤੱਕ ਲਈਆਂ, ਪੌਦੇ ਤੱਕ ਲਏ ਨੇ, ਮੱਝ ਵੀ ਤੁਸੀਂ ਅੱਗੇ ਦੱਸੀ ਹੈ। ਅਤੇ ਹੁਣ ਦਿਲ ਲੈ ਕੇ ਫਸਲਾਂ ਵੱਲ ਚਲੀਏ। ਫਸਲਾਂ ਵੀ ਤੁਸੀਂ ਦੱਸਣੇ ਹੋ, ਇਸ ਬਾਅਦ ਥੋਮ ਲਾਇਆ ਇਹ ਚੀਜ਼ ਦੱਸਣੇ ਹੋ। ਅਤੇ ਚਲੀਏ, ਅਸਾਂ ਥੋਮ ਵਗੈਰਾ ਲਾਇਆ ਇੱਥੇ, ਨਿੱਕਾ ਜਿਹਾ ਸਟੇਡੀਅਮ ਬਣਾਇਆ ਅਸਾਂ। ਅਤੇ ਉਹ ਤੁਸੀਂ ਚੈੱਕ ਕਰਾਉਣੀ ਹੋ, ਇਹ ਤੁਸੀਂ ਚੈੱਕ ਕਰਾਓ ਕੈਮਰਾ ਮੈਨ। ਮਾਸ਼ਾਅੱਲਾ ਥੋਮ ਅਸਾਂ ਨੇ ਚੰਗਾ ਹੋ ਗਿਆ। ਆ ਜਾਓ ਅੱਗਾ, ਇੱਥੇ ਅੱਗੇ ਵਗੈਰਾ ਥੋਮ ਹੀ ਜ਼ਿਆਦਾ ਲੱਗਿਆ। ਇਹ ਮਾਸ਼ਾਅੱਲਾ ਤੱਕ ਸਕਦੇ ਹਾਂ ਜੀ, ਅਸੀਂ ਲਾ ਕੇ ਗਏ ਸਭ ਮੂਲੀਆਂ ਗਾਜਰਾਂ। ਇਹ ਮਾਸ਼ਾਅੱਲਾ ਨਿਕਲ ਆਈਆਂ, ਮਾਸ਼ਾਅੱਲਾ ਮਾਸ਼ਾਅੱਲਾ, ਇਹ ਦੇਖ ਲਓ, ਇਹ ਤੱਕ ਸਕਦੇ ਹਾਂ ਜੀ, ਬਹੁਤ ਜ਼ਿਆਦਾ ਨਿਕਲੀਆਂ। ਮੂਲੀਆਂ ਤਾਂ ਨਿਕਲ ਆਈਆਂ ਨਹੀਂ, ਇਹ ਅਸਾਂ ਗਾਜਰਾਂ ਲਈਆਂ ਸਨ, ਇਹ ਧੋਖਾ ਦੇ ਗਈਆਂ, ਹੁਣ ਪਤਾ ਨਹੀਂ ਨਿਕਲੀਆਂ ਜਾਂ ਨਹੀਂ ਨਿਕਲੀਆਂ। ਦੁਆ ਕਰੇ ਜੀ ਸਾਰੇ ਭੈਣ ਭਰਾ ਨਿਕਲਾਂ। ਇਹ ਅਸਾਂ ਲਾਈ ਆ ਜੀ ਸ਼ਲਜਮ, ਸ਼ਲਜਮ ਵੀ ਮਾਸ਼ਾਅੱਲਾ ਬਹੁਤ ਅੱਛੀ ਹੋ ਗਈ ਹੈ। ਇੱਧਰ ਆਓ ਜੀ, ਉੱਪਰ ਮਾਰੋ। ਇਹ ਧਨੀਆ ਲਾਇਆ, ਇਹ ਮੂਲੀਆਂ ਲਾਈਆਂ, ਇਹ ਵੀ ਮਾਸ਼ਾਅੱਲਾ ਅੱਛੀਆਂ ਹੋ ਗਈਆਂ। ਇੱਧਰ ਵੀ ਤੱਕ ਸਕਦੇ ਹੋ, ਬਸ ਇਹੀ ਹੈ ਵਾ, ਅਸਾਂ ਥੋਮ ਹੀ ਜ਼ਿਆਦਾ ਤਾਂ ਇੱਧਰ ਟਾਂਡੇ ਨੇ ਰੱਖੇ ਬਾਲ ਮਵੇਸ਼ੀ ਵਾਸਤੇ। ਅਤੇ ਹੁਣ ਤੁਸੀਂ ਫਸਲ ਵੀ ਦੱਸਣੇ ਆ, ਕਿਉਂਕਿ ਤੁਸੀਂ ਖੂਬਸੂਰਤੀ ਦੱਸਣੀ ਆ ਅੱਜ ਵਿਲੇਜ ਨੇ ਪੂਰੀ। ਅਤੇ ਚੱਲਣੇ ਆ ਤੁਸੀਂ ਵੀ ਦੱਸਣੇ ਆ ਫਿਰ ਆਪਣੀਆਂ ਫਸਲਾਂ ਤੋਂ। ਆ ਜੇ ਇਹ ਜੀ ਗੰਦਮ ਨਹੀਂ ਫਸਲ ਆ, ਮੱਛੀ ਇਹ ਚੈੱਕ ਕਰਾਂਗਾ ਤੁਸੀਂ। ਅਤੇ ਇਹ ਤੱਕ ਸਕਦੇ ਬਹੁਤ ਅੱਛੀ ਜਿਹੜੀ ਆ ਗੰਦਮ ਨਿਕਲੀ ਹੈ ਇੱਥੇ। ਇਹ ਆਪਣੇ ਹੀ ਨੇਗੇ ਰਿਸ਼ਤੇਦਾਰ ਹਨ ਜਿਨ੍ਹਾਂ ਦੀਆਂ ਫਸਲ ਗੰਦਮ ਨਹੀਂ, ਤਾਂ ਹੁਣ ਤੁਸੀਂ ਆਪਣੀ ਰਿਸ਼ਤੇਦਾਰ ਫਸਲ ਚੈੱਕ ਕਰਾਉਣੀ ਆ। ਅਤੇ ਆ ਜਾਓ, ਇਹ ਦੇਖ ਸਕਦੇ ਹੋ ਬਹੁਤ ਅੱਛੀ ਜਗ੍ਹਾ, ਇਲਾਕੇ ਸਾਡੇ ਬਹੁਤ ਖੂਬਸੂਰਤ ਹਨ ਮਾਸ਼ਾਅੱਲਾ ਅਲਹਮਦੁਲਿਲਾ। ਅਤੇ ਬਹੁਤ ਖੂਬਸੂਰਤ ਹਨ, ਬੈਰ ਵੀ ਪੱਕੇ ਹਨ, ਤੁਸੀਂ ਕਿਸੇ ਦਿਹਾੜਾ ਬੈਰ ਵੀ ਚੈੱਕ ਕਰਾਂਗੇ, ਕਿਸੇ ਦਿਹਾੜਾ ਜਾਵਾਂਗੇ ਬੈਰ ਵੀ ਖਾਵਾਂਗੇ। ਅਤੇ ਜਨਾਬ, ਇੱਕ ਛੋਟਾ ਸਾਰਾ ਮਸਲਾ ਹੋ ਗਿਆ ਕਿ ਜਿਹੜਾ ਪਹਿਲਾ ਫੋਨ ਸੀ ਅੱਛਾ ਫੋਨ ਆਈਫੋਨ, ਉਸਦੀ ਬੈਟਰੀ ਲੋਅ ਹੋ ਗਈ ਹੈ। ਅਤੇ ਹੁਣ ਅਸਾਂ ਦੂਸਰੇ ਫੋਨ ਤੂੰ ਬਣਾ ਰਹੇ ਹਾਂ, ਅਤੇ ਇਸ ਵਾਸਤੇ ਮਾਜ਼ਰਤ ਖਾਵਾਂ, ਕਿਉਂਕਿ ਰਿਜ਼ਲਟ ਚੇਂਜ ਹੋ ਗਿਆ ਸੀ, ਤੁਸਾਂ ਕੀ ਪਤਾ ਤਾਂ ਲੱਗਣਾ ਸੀਗਾ। ਅਤੇ ਆ ਜਾਓ, ਇਹ ਜੀ ਅਸਾਂ ਨਿੱਕਾ ਫਸਲ ਹੈ ਇੱਥੇ, ਅਸਾਂ ਇੱਕ ਜੀ ਇਹ ਅਸਾਂ ਦੀ ਜ਼ਮੀਨ ਹੈ। ਅਤੇ ਦੂਸਰੀ ਹੈ ਜ਼ਮੀਨ, ਅਤੇ ਇਸ ਮਰਤਬਾ ਅਸਾਂ ਇੱਥੇ ਫਸਲ ਜਿਹੜਾ ਨਹੀਂ ਲਾਈ, ਅਤੇ ਇੱਥੇ ਬਾਜਰੇ ਨਹੀਂ ਫਸਲ ਹੀ ਜ਼ਿਆਦਾਤਰ ਹੋਣੀ ਹੈ। ਅਤੇ ਸ਼ਾਮ ਦਾ ਵਕਤ ਹੈ,
बहुत अच्छा व्यू होना इतना सामने वक्त खामोशी है बिल्कुल रिजल्ट भी व्यू चेक कर रहे हो सो बहुत अच्छा व्यू आ रहा जी साथ जरा ना गजगुड़ है इतना एक सानी छोटी जी पहाड़ी है जिसके आने के थले ना लंबड़ बहुत उधर की सैर कराने किस दिन सैर है तो किस दिन जाओगे सैर कराने जा रहे सदा ऐसे ही बहुत अच्छे मिठे बैर नजर आए ऐ सारे बैर चेक कर सकते हो ए जी मेरे तरफों जी तुसें गी लान है जिस माई भैन की चाहिए बैर ते बिल्कुल शर्माना नहीं तुसा मी मैसेज करने दा तुसा गी तू मिठे बैर तुसी ला के दियोगे ते सबसे पहले आपने घबराना है हुण असीं जी दूसरे रास्ते तो आए सां हूँ अस नवा रास्ता इख्तियार किया है जी बैर चेक कर सकने हो इस टाइम कच्चे न ये कणक जल्द पकन गियाँ उल भी पक जाए बहुत ज्यादा बैर है जी अस उस साइड तू आए सी इधर गए इस रात फिर गया पूरे इलाका फिर गया हूँ अस इतने आ गए हूँ अस इतों बूंटा लाँगे तो ग्रां टूट जाएंगे ठीक है जनाब जी मैं इजाजत चाहना तो उम्मीद करना तुम अज मेरा ब्लॉग अच्छा लगा होगा अच्छा लगे तो लाइक कमेंट शेयर लाजमी करो तो सबसक्राइब भी करो ते नाल बैल ने आइकन ने भी प्रेस कर दियो क्योंकि असें लेटेस्ट वीडियो तुसा की नोटिफिकेशन मिल जाए ते असें ज्यादा ताने दुआ में याद रखे ना अल्लाह हाफिज़।